ਚੰਡੀਗੜ੍ਹ ਦੇ ਸੈਕਟਰ 16 ਹਸਪੀਟਲ ਦੇ ਵਿੱਚ ਅਚਾਨਕ ਬਿਲਕੁਲ ਗੇਟ ਤੇ ਨੇੜੇ ਇੱਕ ਕਲੋਰੀਨ ਦੇ ਜਿਹੜੇ ਇੱਥੇ ਗੈਸ ਪਈ ਸੀ ਉਹ ਅਚਾਨਕ ਲੀਕ ਹੋਣ ਕਰਕੇ ਕਾਫੀ ਲੋਕ ਜਿਹੜੇ ਖੜੇ ਸੀਗੇ ਉਹਨਾਂ ਨੂੰ ਕਾਫੀ ਸਾਹ ਲੈਣ 'ਚ ਦਿੱਕਤ ਆ ਰਹੀ ਸੀ। ਹਾਲਾਂਕਿ ਕਾਫੀ ਅਫਰਾ ਤਫਰੀ ਦਾ ਮਾਹੌਲ ਜਿਹੜਾ ਹੈਗਾ ਉਹ ਜ਼ਰੂਰ ਵੇਖਣ ਨੂੰ ਮਿਲਿਆ, ਲੇਕਿਨ ਨਾਲ ਦੇ ਨਾਲ ਜਿਹੜਾ ਸਟਾਫ ਹੈ ਉਹਨਾਂ ਵੱਲੋਂ ਆ ਕੇ ਪੂਰਾ ਇੱਥੇ ਮੈਨੇਜ ਕੀਤਾ ਗਿਆ। ਹਾਲਾਂਕਿ ਹੁਣ ਥੋੜੀ ਬਹੁਤ ਹੈ, ਲੇਕਿਨ ਜ਼ਿਆਦਾ ਜਿਹੜੀ ਕਲੋਰੀਨ ਹੈ ਉਹ ਕਾਫੀ ਜ਼ਿਆਦਾ ਲੀਕ ਹੋ ਰਹੀ ਸੀ, ਜਿਸ ਕਰਕੇ ਜਿਹੜੇ ਵੀ ਬਾਹਰ ਖੜੇ ਸੀ ਲੋਕ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲਾਂਕਿ ਹੁਣ ਪੂਰਾ ਇਸ ਨੂੰ ਠੀਕ ਕੀਤਾ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 16 ਹਸਪੀਟਲ ਦੀ, ਇਹ ਤਸਵੀਰਾਂ ਨੇ ਜਿੱਥੇ ਹੁਣ ਪੂਰੇ ਜਿਹੜਾ ਜਿੱਥੇ ਵੀ ਇਹ ਕਲੋਰੀਨ ਗੈਸ ਜਿਹੜਾ ਉਹ ਲੀਕ ਹੋਇਆ ਸੀਗਾ ਉਸ ਨੂੰ ਜਿਹੜੇ ਵੀ ਨੀਅਰ ਬਾਏ ਦੇ ਜਿੱਥੇ ਦਰਖਤ ਨੇ ਜਾਂ ਫਿਰ ਹੋਰ ਚੀਜ਼ਾਂ ਨੇ ਉਹਨਾਂ ਨੂੰ ਹੁਣ ਸਾਫ਼ ਕੀਤਾ ਜਾ ਰਿਹਾ, ਕਿਉਂਕਿ ਸਾਹ ਲੈਣ 'ਚ ਕਾਫੀ ਦਿੱਕਤ ਆ ਰਹੀ। ਹਾਲਾਂਕਿ ਕਈ ਜਿਹੜੇ ਲੋਕ ਇੱਥੇ ਨੇੜੇ ਤੇੜੇ ਖੜੇ ਸੀ ਪਾਰਕਿੰਗ ਏਰੀਆ ਦੇ ਵਿੱਚ ਖੜੇ ਸੀ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਔਰ ਇੱਕਦਮ ਕਹਿ ਸਕਦੇ ਕਿ ਸਨਸਨੀ ਦਾ ਮਾਹੌਲ ਹੋ ਗਿਆ ਸੀ ਕਿ ਅਚਾਨਕ ਕਿਸ ਤਰ੍ਹਾਂ ਦੀ ਜਿਹੜੀ ਗੈਸ ਹੈ ਜਾਂ ਸਾਹ ਲੈਣ ਨੂੰ ਜਿਹੜੀ ਦਿੱਕਤ ਆ ਰਹੀ ਹੈ। ਹੁਣ ਸਟਾਫ ਵੱਲੋਂ ਪੂਰਾ ਇੱਥੇ ਕਲੀਅਰ ਕੀਤਾ ਜਾ ਰਿਹਾ, ਸਾਫ਼ ਕੀਤਾ ਜਾ ਰਿਹਾ। ਪਾਣੀ ਪੂਰਾ ਜਿਹੜਾ ਹੈਗਾ ਦਰਖਤ ਨੇ ਜਾਂ ਫਿਰ ਹੋਰ ਜਿਹੜਾ ਇਹ ਏਰੀਆ ਉੱਥੇ ਪੂਰਾ ਜਿਹੜਾ ਕਲੀਅਰ ਕੀਤਾ ਜਾ ਰਿਹਾ ਕਿ ਕਿਸੇ ਤਰ੍ਹਾਂ ਦੀ ਹੋਰ ਵੀ ਕੋਈ ਦਿੱਕਤ ਜਿਹੜੀ ਹੈ ਉਹ ਨਾ ਹੋਵੇ। ਹਾਲਾਂਕਿ ਕਲੋਰੀਨ ਗੈਸ ਸੀ ਜੋ ਕਿ ਅਚਾਨਕ ਲੀਕ ਹੋ ਰਹੀ ਸੀ ਜਿਸ ਕਰਕੇ ਇਹ ਦਿੱਕਤ ਆ ਰਹੀ ਸੀ। ਭਾਜੀ ਇਹ ਹੋਇਆ ਕੀ ਸੀ, ਥੋੜਾ ਦੱਸੋਗੇ ਕਿੰਨੇ ਕੁ ਵਜੇ ਦਾ ਸਮਾਂ ਸੀ? ਘੰਟਾ ਹੋ ਗਿਆ ਸਰ, 9 ਵਜੇ ਤਕਰੀਬਨ ਕੋਈ ਬਰੀਕ ਸੂਈ ਜਿੰਨੀ ਸਿਲੰਡਰ ਚ ਲੀਕੇਜ ਹੋ ਗਈ। ਠੀਕ ਹੈ, ਬਸ ਉਹ ਕੰਟਰੋਲ ਕਰ ਲਈ ਅਸੀਂ, ਉੱਤੇ ਪਾਣੀ ਚ ਡਿਪ ਕਰ ਦਿੱਤਾ ਉਹਨੂੰ ਸਿਲੰਡਰ। ਸਰ ਦਿੱਕਤਾਂ ਵੀ ਲੋਕਾਂ ਨੂੰ ਥੋੜੀ ਜਿਹੀ ਸਾਹ ਲੈਣ ਥੋੜੀ ਬਹੁਤੀ ਹੈ ਸਕਦਾ ਕਿ ਜਦ ਤੱਕ ਅਸੀਂ ਪਹੁੰਚੇ ਜਦ ਤੱਕ ਅਸੀਂ ਕੰਟਰੋਲ ਕਰ ਲਿਆ ਸੀ ਸਾਡੇ ਸਟਾਫ ਨੇ। ਸਰ ਕਾਰਨ ਪਤਾ ਲੱਗਿਆ ਕਿ ਅਚਾਨਕ ਕਿਸ ਤਰ੍ਹਾਂ ਲੀਕੇਜ ਹੋਈ? ਸਰ ਪਏ ਰਸਟ ਨਾਲ, ਕਿਤੇ ਨਾ ਕਿਤੇ ਆਟੋਮੈਟਿਕਲੀ ਹੀ ਉਹ ਆਪਣੇ ਆਪ ਹੀ ਰਸਟ ਨਾਲ ਕਿਤੇ ਥੋੜੇ ਜਿਹੇ ਉਹਦੇ ਚ ਸ਼ੇਕ ਹੋ ਗਿਆ। ਇਹ ਕਲੋਰੀਨ ਕਿਸ ਯੂਜ਼ ਵਾਸਤੇ ਹੁੰਦੀ ਸਰ? ਇਹ ਪਹਿਲਾਂ ਯੂਜ਼ ਕਰਦੇ ਸੀ ਪਾਣੀ ਦੇ ਬੈਕਟੀਰੀਆ ਕਿਲ ਕਰਨ ਵਾਸਤੇ, ਡ੍ਰਿੰਕਿੰਗ ਪਰਪਸ ਵਾਸਤੇ ਜਿਹੜਾ ਪਾਣੀ ਨਾ ਉਹਦੇ ਨਾਲ ਅਸੀਂ ਇਹਨੂੰ ਪਾਉਂਦੇ ਸੀ ਤਾਂ ਕਿ ਕੋਈ ਬੈਕਟੀਰੀਆ ਕੋਈ ਥੋੜਾ ਬਹੁਤ ਰਹਿ ਇਹਨਾਂ ਨੂੰ ਖਤਮ ਕਰਨ ਲਈ ਯੂਜ਼ ਕਰਿਆ ਜਾਂਦਾ ਸੀ। ਠੀਕ ਹੈ, ਪਰ ਇਹਨੂੰ ਸਾਰੇ ਪਰ ਇਹ ਸਾਰੇ ਸਾਡਾ ਕਾਫੀ ਦੇਰ ਤੋਂ ਅਵੰਡਡ ਸੀਗਾ, ਥੋੜੀ ਬਹੁਤੀ ਗੈਸ ਸੀ ਜਿਹੜੀ ਇਹ ਮਾੜੀ ਮੋਟੀ ਹੋ ਸਕਦਾ ਕੋਈ ਥੋੜੀ ਬਹੁਤੀ ਥੱਲੇ ਡਿਪੋਜ਼ਿਟ। ਸਰ ਇੱਥੇ ਨੇੜੇ ਤੇੜੇ ਲੋਕ ਸੀਗੇ ਉਹਨਾਂ ਨੂੰ ਕਾਫੀ ਸਾਹ ਲੈਣ 'ਚ ਦਿੱਕਤ ਹੋ ਰਹੀ ਸੀ ਉਸ ਟਾਈਮ? ਸਰ ਤੁਸੀਂ ਪਹੁੰਚੇ ਤਾਂ ਸੀ? ਹਾਂ, ਜਦ ਤੱਕ ਨਹੀਂ ਜਦ ਤੱਕ ਇਹ ਖਾਲੀ ਹੋ ਗਿਆ ਸੀ ਸਾਰਾ। ਹੁਣ ਤੁਸੀਂ ਇਤਿਹਾਸਨ ਕੀ ਕਰ ਰਹੇ? ਇਹ ਸਫਾਈ ਕਰ ਰਹੇ ਹਾਂ ਜੀ ਤਾਂ ਕਿ ਏਅਰ 'ਚ ਵੀ ਮਾੜੀ ਮੋਟੀ ਕੋਈ ਹੈ ਤਾਂ ਉਹ ਸੈਟਲ ਹੋ ਜਾਏ ਥੱਲੇ ਬੈਠ ਕੇ, ਥੱਲੇ ਜ਼ਿਆਦਾ ਸੀਰੀਅਸ ਬੰਦਾ ਨਹੀਂ ਕੋਈ, ਐਸਾ ਕੋਈ ਸਾਡੇ। ਠੀਕ ਹੈ, ਤੇ ਬਿਲਕੁਲ ਹੁਣ ਪੂਰਾ ਸਟਾਫ ਵੱਲੋਂ ਇਹ ਪੂਰਾ ਕਲੀਅਰ ਕੀਤਾ ਜਾ ਰਿਹਾ, ਨਹੀਂ ਦਰਖਤ ਨੇ ਜਾਂ ਫਿਰ ਹੋਰ ਵੈ ਜਿਹੜਾ ਪਾਣੀ ਦਾ ਛਿੜਕਾਅ ਕਰਨ ਤੋਂ ਬਾਅਦ ਜਿੰਨੀ ਵੀ ਜੇਕਰ ਏਅਰ 'ਚ ਕੋਈ ਕਲੋਰੀਨ ਦੀ ਜਿਹੜੀ ਗੈਸ ਹੈ ਉਹ ਜਿਹੜਾ ਹੈ ਉਹ ਸੈਟਲ ਹੋ ਜਾਵੇ। ਹਾਲਾਂਕਿ ਨੀਅਰ ਬਾਏ ਦਾ ਏਰੀਆ ਪੂਰਾ ਖਾਲੀ ਕਰਾ ਦਿੱਤਾ ਗਿਆ, ਸਵੇਰੇ ਖਾਲੀ ਕਰਾ ਦਿੱਤਾ ਗਿਆ ਸੀਗਾ। ਹਾਲਾਂਕਿ ਸਾਹ ਲੈਣ 'ਚ ਜ਼ਰੂਰ ਦਿੱਕਤਾਂ ਲੋਕਾਂ ਨੂੰ ਆ ਰਹੀ ਸੀ, ਲੇਕਿਨ ਅਚਾਨਕ ਇੱਕ ਤਰ੍ਹਾਂ ਦਾ ਜਿਹੜਾ ਸਨਸਨੀ ਦਾ ਮਾਹੌਲ ਜ਼ਰੂਰ ਜਿਹੜਾ ਹੈਗਾ ਪੈਨਿਕ ਕ੍ਰੀਏਟ ਹੋ ਗਿਆ ਸੀਗਾ। ਲੇਕਿਨ ਹੁਣ ਸਟਾਫ ਵੱਲੋਂ ਪੂਰਾ, ਹਾਲਾਂਕਿ ਹਜੇ ਵੀ ਥੋੜੀ ਬਹੁਤ ਸਮੈਲ ਜਿਹੜੀ ਹੈ ਉਹ ਜ਼ਰੂਰ ਹੈ, ਕਾਫੀ ਸਾਹ ਲੈਣ 'ਚ ਵੀ ਦਿੱਕਤ ਜ਼ਰੂਰ ਹੋ ਰਹੀ ਹੈ, ਇਸ ਕਰਕੇ ਪੂਰਾ ਪਾਣੀ ਦਾ ਛਿੜਕਾਅ ਜਿਹੜਾ ਉਹ ਕੀਤਾ ਜਾ ਰਿਹਾ। ਹਾਲਾਂਕਿ ਦੱਸਿਆ ਜਾ ਰਿਹਾ ਕਿ ਇੱਥੇ ਸਿਲੰਡਰ ਪਏ ਸੀਗੇ, ਅਚਾਨਕ ਲੀਕੇਜ ਹੋਈ, ਲੀਕੇਜ ਕਿਸ ਤਰ੍ਹਾਂ ਹੋਈ ਇਹ ਹਜੇ ਜਾਂਚ ਦਾ ਵਿਸ਼ਾ ਹੈ। ਲੇਕਿਨ ਇਹਨਾਂ ਹੁਣ ਸਿਲੰਡਰਸ ਨੂੰ ਇੱਥੋਂ ਚੱਕ ਦਿੱਤਾ ਗਿਆ ਔਰ ਇਹ ਬਾਹਰ ਦਾ ਏਰੀਆ ਪਾਰਕਿੰਗ ਦਾ ਏਰੀਆ ਜਿੱਥੇ ਇਹ ਸਿਲੰਡਰ ਪਏ ਸੀਗੇ। ਸਰ ਉਹ 16 ਕੇ ਬਾਹਰ ਮੈਂ ਖੜਾ ਥਾ, ਵਹਾਂ ਗੈਸ ਨਿਕਲੀ, ਸਾਰੇ ਬੰਦੇ ਕੇ ਅੰਦਰ ਗਈ, ਸਭ ਬੰਦੇ ਭਾਗਤੇ ਭਾਗਤੇ ਪਰੇਸ਼ਾਨ ਹੋ ਗਏ, ਖਾਂਸੀ ਆਉਣ ਲਈ, ਸਾਂਸ ਖੋਣੇ ਲੱਗੀ, ਮੈਂ ਵੀ ਆਪਣੀ ਗਾੜੀ ਲੈ ਕੇ ਭਗਾ, ਆ ਕੇ ਤੁਰੰਤ ਐਡਮਿਟ ਹੋਇਆ ਹਸਪਤਾਲ ਨੂੰ। ਸਰ ਇਹੀ ਹੈ ਕਿ ਉਹ ਗੈਸ ਸੁਝੀ ਦੀ ਗੰਦ ਵਾਲੀ, ਬਹੁਤ ਜ਼ਹਿਰੀਲੀ ਗੈਸ ਦੀ, ਜ਼ਹਿਰੀਲੀ। ਸਰ ਅੰਦਰ ਵੀ ਖੜੇ ਥੇ, ਬਾਹਰ ਵੀ ਖੜੇ ਥੇ, ਨਾ ਲੰਗਰ ਵੀ ਚੱਲ ਰਹੀ ਥੀ। ਹਾਂ, ਸਾਰੇ ਬੰਦੇ ਭਾਗੇ, ਸਾਰੇ ਪਰੇਸ਼ਾਨ ਹੋ ਗਏ ਥੇ। ਸਾਰੇ ਕੋਲ ਗੈਸ ਦੀ ਪ੍ਰੋਬਲਮ ਹੋਈ ਸੀ? ਹਾਂ, ਸਭ ਕੋਲ। ਤੋਂ ਵਹਾਂ ਪੇ ਕੋਈ ਆਇਆ ਥੇ ਡਾਕਟਰ ਜਾਂ ਪੁਲਿਸ ਵਗੈਰਾ ਪਹੁੰਚੀ ਥੀ ਜਾਂ ਨਹੀਂ? ਨਹੀਂ, ਮੈਂ ਤਾਂ ਸਰ ਭਾਗ ਲਿਆ ਨਾ, ਔਰ ਕਿਦਾਂ ਕਿਆ ਹੋਊਗਾ ਕਿਆ ਨਹੀਂ। ਕਿਆ ਦਿੱਕਤ ਹੋ ਰਹੀ ਥੀ ਆਪਕੋ? ਦਿੱਕਤ ਹੋ ਰਹੀ ਨਾ, ਸਾਂਸ ਮੇਰੀ ਰੁਕ ਜਾ ਰਹੀ ਸਰ। ਅੱਛਾ, ਸਾਂਸ ਰੁਕ ਜਾ ਰਹੀ ਥੀ, ਮੂੰਹ ਸਾਂਸ ਲੈ ਰਹਾ ਹੂੰ ਤਬ ਤੱਕ ਕੋਈ ਰੁਕ ਜਾਏ, ਆਰਾਮ ਆਰਾਮ ਸੇ ਲੈ ਰਹੋ ਬੰਦ ਕਰਕੇ ਨਾ।
फिर थोड़ा राहत है, लेकिन ना पूरा घबराहट हो गई थी, पूरा सांस फूल बहुत बड़ी दिक्कत आई, दिक्कत हो गई है। सारे बंदे परेशान हो सर, मैं 15 अस्पताल देखा, वहाँ कोई डॉक्टर प्राइवेट नहीं मिला, फिर आया झामपुर में दवाई लिया, फिर वहाँ 6 पैसा है, यहाँ फिर इलाज हुआ, टीका लगा जो है, ऑक्सीजन लगी, यहाँ एक्सरे हुआ तो हल्का आराम हुआ मेरे को।